ਸਤਿ ਸ਼੍ਰੀ ਅਕਾਲ ਜੀ ਅਦਾ ਮੈਂ ਸੁਮਨ ਕੁਆਤਰਾ ਸਿਨੇਮਾ ਘਰਾਂ 'ਚ ਅੱਜ ਰਿਲੀਜ਼ ਹੋ ਗਈ ਹੈ ਐਮ ਏ ਵਿਰਕ ਅਤੇ ਸੋਨਮ ਬਾਜਵਾ ਦੀ ਫਿਲਮ ਮੁਕਲਾਵਾ। ਜੀ ਹਾਂ, ਪਰਦੇ 'ਤੇ ਤੀਜੀ ਵਾਰ ਇਕੱਠੇ ਨਜ਼ਰ ਆ ਰਹੇ ਨੇ ਸੋਨਮ ਬਾਜਵਾ ਅਤੇ ਐਮ ਏ ਵਿਰਕ। ਜੇ ਫਿਲਮ ਮੁਕਲਾਵਾ ਕੰਸੈਪਟ ਦੀ ਗੱਲ ਕਰੀਏ ਤਾਂ ਮੁਕਲਾਵਾ ਕੰਸੈਪਟ ਬਹੁਤ ਵਧੀਆ ਹੈ, ਕਾਫੀ ਯੂਨੀਕ ਹੈ, ਜੋ ਡਾਇਰੈਕਟਰ ਸਿਮਰਜੀਤ ਸਿੰਘ ਨੇ ਲਿਆ। ਜੇ ਮੁਕਲਾਵਾ ਦੀ ਗੱਲ ਕਰੀਏ ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਮੁੰਡਾ ਕੁੜੀ ਦਾ ਵਿਆਹ ਹੋ ਜਾਂਦਾ ਸੀ, ਪਰ ਕੁੜੀ ਨੂੰ ਘਰ ਦੇ ਨਹੀਂ ਤੋਰਦੇ ਅਤੇ ਮੁੰਡਾ ਸਾਲ ਬਾਅਦ ਮੁਕਲਾਵਾ ਲੈਣ ਜਾਂਦਾ। ਮਤਲਬ ਉਹ ਜੋ ਇਸ ਫਿਲਮ 'ਚ ਦਿਖਾਇਆ ਗਿਆ, ਐਮ ਏ ਵਿਰਕ ਸਾਲ ਬਾਅਦ ਸੋਨਮ ਬਾਜਵਾ ਨੂੰ ਲੈਣ ਜਾਂਦੇ ਨੇ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਲੁੱਕਾ ਛੁਪੀ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਵੀ ਕਰਦੇ ਨੇ, ਪਰ ਉਹਨਾਂ ਦੇ ਪਿਆਰ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ। ਕੀ ਦਿੱਕਤਾਂ ਦੂਰ ਹੋ ਜਾਣਗੀਆਂ, ਕੀ ਐਮ ਏ ਵਿਰਕ ਮੁਕਲਾਵਾ ਲੈ ਪਾਉਂਦੇ ਨੇ, ਆਹ ਦਰਸ਼ਕਾਂ ਤੋਂ ਜਾਣਦੇ ਆ। ਮੈਨੂੰ ਮੇਰੀ ਘਰਵਾਲੀ ਦਾ ਮੂੰਹ ਖਾ ਦੇ, ਤੂੰ ਮੇਰਾ ਵਿਚੋਲਾ। ਤੂੰ ਚਾਹਨਾ ਮੈਂ ਤੈਨੂੰ ਤੇਰੇ ਸਹੁਰੇ ਲੈ ਕੇ ਜਾਵਾਂ ਤੇ ਬਹੂ ਦਾ ਮੂੰਹ ਖਾਵਾਂ ਤੇ ਆਪਣੇ ਸਿਰ 'ਚ ਸਵਾ ਪਾਵਾਂ। ਫਿਲਮ ਕਿੱਦਾਂ ਦੀ ਲੱਗੀ? ਠੀਕ ਸੀ। ਅੱਜ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ? ਬਹੁਤ ਵਧੀਆ ਸੀਗੀ ਮੈਡਮ। ਐਕਟਿੰਗ ਕਿਹਦੀ ਸਭ ਤੋਂ ਜ਼ਿਆਦਾ ਵਧੀਆ ਸੀ? ਐਮ ਏ ਵਿਰਕ ਸੀਗੀ। ਅੱਛਾ, ਸਟਾਰ ਕਿੰਨੇ ਦੋਗੇ ਫਿਲਮ? ਆਓ 4 ਸਟਾਰ ਦੇਣਾ ਚਾਹਾਂਗੇ। ਫਿਲਮ ਕਿੱਦਾਂ ਦੀ ਲੱਗੀ? ਜ਼ਮ ਬਹੁਤ ਬੈਸਟ, ਇਸ ਬੈਟ ਬਹੁਤ ਵਧੀਆ ਮੂਵੀ ਹੈ। ਐਕਟਿੰਗ ਕਿਹਦੀ ਵਧੀਆ ਲੱਗੀ? ਐਮ ਏ ਵਿਰਕ ਦੀ ਵੀ ਬਹੁਤ ਵਧੀਆ ਹੈ। ਸੋਨਮ ਬਾਜਵਾ ਦੀ ਐਕਟਿੰਗ ਕਿੱਦਾਂ ਲੱਗੀ? ਬਹੁਤ ਅੱਛੀ ਸੀਗੀ ਤੇ ਅਨਮੋਲ ਦੀ ਵੀ ਬਹੁਤ ਅੱਛੀ ਸੀਗੀ। ਫਿਲਮ ਨੂੰ ਕਿੰਨੇ ਸਟਾਰ ਦੋਗੇ? 4, 5 to 4। ਐਮ ਏ ਵਿਰਕ ਦੀ ਐਕਟਿੰਗ, ਸੋਨਮ ਬਾਜਵਾ ਤੀਜੀ ਵਾਰ ਆ ਰਹੇ ਨੇ ਇਕੱਠੇ ਪਰਦੇ ਤੇ, ਕੀ ਕੀ ਅਲੱਗ ਕੀ ਲੱਗਿਆ? ਅਲੱਗ ਇਹ ਜੇ ਕੈਮਿਸਟਰੀ ਬਹੁਤ ਘੈਂਟ ਨੇ, ਪਹਿਲਾਂ ਕੋਈ ਵਧੀਆ ਵਾ, ਮੂਵੀ ਬਹੁਤ ਵਧੀਆ ਜੀ। ਫਿਲਮ ਦੇ ਵਿੱਚ ਕਮੇਡੀ ਵੀ ਹੈ, ਕਿੰਨਾ ਕੀ ਕੀ ਫਿਲਮ ਦੇਖਣ ਨੂੰ ਮਿਲਦਾ? ਕਮੇਡੀ ਵੀ, ਐਕਸ਼ਨ ਵੀ ਆ, ਬਸ ਫੁੱਲ ਇੰਜੋਏ ਆ। ਓਏ ਫਤੂ ਓਏ, ਚਲੋ ਤੇਰੀ ਭਾਬੀ ਦੇਖਣ ਜਾਣਾ। ਮੈਂ ਨਹੀਂ ਜਾਣਾ। ਜੇ ਤੂੰ ਇਕੱਲੇ ਨੇ ਜਾਣਾ ਵੀ ਹੈ ਨਾ ਤਾਂ ਭੁੱਕੀ ਖਾ ਕੇ ਥੋੜਾ ਜਿਹਾ ਕੈੜਾ ਜਾ ਹੋ ਕੇ ਜਾਈ, ਕਿਉਂਕਿ ਚਪੇੜਿਆਂ ਦੀਆਂ ਲਾਸ਼ਾਂ ਬਹੁਤ ਗੂੜੀਆਂ ਪੈਂਦੀਆਂ ਨੇ ਵੀਰੇ। ਫਿਲਮ ਕਿੱਦਾਂ ਦੀ ਲੱਗੀ? ਐਂਡ ਆਊਟਸਟੈਂਡਿੰਗ, ਸੁਪਰ। ਫਿਲਮ 'ਚ ਕੀ ਖਾਸ ਲੱਗਿਆ? ਐਮੀ ਵਿਰਕ ਦੀ ਆਊਟਸਟੈਂਡਿੰਗ ਐਕਟਿੰਗ ਸੀ। ਕਿੰਨੇ ਸਟਾਰ ਦੋਗੇ? 5.5। ਬਹੁਤ ਸੋਹਣੀ ਫਿਲਮ ਆ, ਮਸਟ ਵਾਚ, ਆ ਫੈਮਿਲੀ ਮੂਵੀ ਆ। ਫਿਲਮ ਬਹੁਤ ਵਧੀਆ ਸੀ, ਬਹੁਤ ਚੰਗੀ ਸਟੋਰੀ ਆ ਤੇ ਬਹੁਤ ਚੰਗਾ ਰੋਲ ਕੀਤਾ ਇਹਨਾਂ ਸਾਰਿਆਂ ਨੇ। ਐਮੀ ਵਿਰਕ ਦੀ ਐਕਟਿੰਗ ਕਿੱਦਾਂ ਲੱਗੀ? ਬਹੁਤ ਸੋਹਣੀ ਲੱਗੀ, ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਸੀ। ਕਿੰਨੇ ਸਟਾਰ ਦੋਗੇ ਫਿਲਮ ਨੂੰ? 1 star। ਫਿਲਮ ਕਿੱਦਾਂ ਦੀ ਲੱਗੀ? ਠੀਕ ਆ ਪੁੱਤਰ, ਵਧੀਆ ਫਿਲਮ ਆ, ਠੀਕ ਆ, ਬਾੜੀ ਨਹੀਂ ਹੈਗੀ। ਹਾਂ ਵਧੀਆ ਵਧੀਆ ਲੱਗਿਆ ਸਾਨੂੰ। ਫਿਲਮ 'ਚ ਕੀ ਖਾਸ ਲੱਗਿਆ? ਮੁਕਲਾਵਾ ਪਤਾ ਸੀ ਤੁਸੀਂ ਪਹਿਲੇ ਕਿ ਮੁਕਲਾਵਾ ਕੀ? ਸਾਡੀ ਵੀ ਹੁਣ ਮੇਰੀ 60 ਸਾਲ ਦੀ ਉਮਰ ਆ, ਸਾਡੇ ਚੱਲ ਅਸੀਂ ਫਿਰ ਵੀ ਦੇਖਿਆ ਟਾਈਮ ਇਹ। ਤੂੰ ਇੱਥੇ ਕੀ ਕਰਨਾ ਹੈ? ਕਰੀ ਮੂੰਹ ਦਿਖਾ ਦੇ ਯਾਰ। ਨਹੀਂ, ਮੈਨੂੰ ਸੰਗ ਆਉਂਦੀ ਆ। ਦਿਖਾ ਦੇ ਹਾਂ ਯਾਰ, ਦਿਖਾ ਦੇ, ਦਿਖਾ ਦੇ। ਕਿਹਦੇ ਮੂੰਹ ਦੇਖਣਾ ਵੇ ਤੂੰ? ਵੱਡਾ ਚੌਧਰੀ ਜੀ, ਐਮੀ ਵਿਰਕ ਲਿਆ ਮੁਕਲਾਵਾ? ਹਾਂਜੀ ਲਿਆ ਜੀ, ਲਿਆ। ਬਹੁਤ ਸੋਹਣੀ ਮੂਵੀ ਹੈ ਭਾਈ ਨਾ। ਕਿੱਦਾਂ ਸਾਹਮਣਾ ਕਰਨੀ ਪਈਆਂ? ਬਹੁਤ ਜ਼ਿਆਦਾ, ਬਹੁਤ ਸੋਹਣੀ ਮੂਵੀ ਹੈ। ਜੇ ਰੋਜ਼ ਮਿਲਣ ਆ ਗਈ ਨਾ ਬਾਪੂ ਨੂੰ ਪਤਾ ਲੱਗ ਜੂ, ਨਾਲੇ ਮੁਕਲਾਵਾ ਵੀ ਨਹੀਂ ਦੇਣਾ। ਮੈਂ ਕਿਵੇਂ ਦੇਣਾ ਮੁਕਲਾਵਾ? ਤੇਰੇ ਬਾਪੂ ਦਾ ਰਾਜ। ਬਹੁਤ ਹੋ ਗਿਆ ਪਖੰਡ ਤੁਹਾਡਾ, ਛੋਟੀ ਦਾ ਮੁਕਲਾਵਾ ਤਾਂ ਕੀ, ਮੈਂ ਤਾਂ ਹੁਣ ਵੱਡੀ ਵੀ ਨਹੀਂ ਤੋਰਨੀ। ਵੈਰੀ ਨਾਈਸ ਮੂਵੀ, ਅ ਕਾਮੇਡੀ, ਵੈਰੀ ਨਾਈਸ ਐਂਡ ਰੋਮੈਂਟਿਕ, ਇਟਸ ਰੋਮੈਂਟਿਕ, ਵੈਰੀ ਨਾਈਸ, ਫੁੱਲ ਪਾਵਰ, ਫੁੱਲ ਪਾਵਰ ਫਿਲਮ ਹੈ। ਉਹਦੀ ਖਾਸੀਅਤ ਇਹ ਸੀ ਕਿ ਮੁਕਲਾਵਾ ਡਿਫਰੈਂਟ ਟਾਈਪ ਦਾ ਸੀਗਾ, ਵੀ ਉਹ ਕਿੰਨਾ ਐਕਸਾਈਟ ਸੀਗਾ ਅਤੇ ਇੰਨੀ ਜ਼ਿਆਦਾ ਮੂਵੀ ਅੱਛੀ ਸੀਗੀ, ਅਸੀਂ ਆਈ ਹੈਵ ਨੋ ਵਰਡਸ ਕਰਿਆ ਮੂਵੀ ਨੂੰ, ਸਭ ਨੇ ਮਤਲਬ ਕਿ ਫੀਲਿੰਗ ਲਈ। ਮੈਂ ਤਾਂ ਰਹੂੰਗਾ। ਉਹ ਕੌਣ ਜਿਹਦਾ ਨਾਂ ਨਹੀਂ ਲਈਦਾ ਹੁੰਦਾ? ਤੇਰੀ ਭੈਣ ਦਾ ਦਿਓਰ। ਗੁਲਾਬੀ ਪਾਣੀ ਸਟਾਰ 5 to 5। ਦਿਲ ਟੋੜਦਾ ਵੀ ਨਹੀਂ, ਕੁੰਡੀ ਖੋੜਦਾ ਵੀ ਨਹੀਂ, ਕਦੇ ਮਾਰੇ ਲਲਕਾਰੇ, ਕਦੇ ਬੋਲਦਾ ਵੀ ਨਹੀਂ। ਜੇ ਦਰਸ਼ਕਾਂ ਦੇ ਰਿਵਿਊਸ ਸੁਣ ਲਏ ਹੋਣਗੇ, ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆ ਰਹੀ ਹੈ। ਐਮ ਏ ਵਿਰਕ ਤੇ ਸੋਨਮ ਬਾਜਵਾ ਦੀ ਐਕਟਿੰਗ ਲਾਜਵਾਬ ਹੈ। ਵੈਲ, ਫਿਲਮ ਜੋ ਕਿ ਮੁਕਲਾਵਾ, ਕਈਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜ਼ਿਆਦਾ ਨੌਲੇਜ ਨਹੀਂ ਹੈ, ਤਾਂ ਫਿਲਮ ਕਾਫੀ ਅੱਛੀ ਜਾਣਕਾਰੀ ਦੇ ਰਹੀ ਹੈ ਕਿ ਫਿਲਮ ਵਰਡ ਮੁਕਲਾਵਾ ਕੀ ਹੈ। ਵੈਲ, ਇਸ ਦੇ ਵਿੱਚ ਬੀ ਐਨ ਸ਼ਰਮਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਵਰਗੇ ਵੱਡੇ ਸਿਤਾਰੇ ਇਸ ਫਿਲਮ 'ਚ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੀ ਵੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਵੈਲ, ਇਹ ਫਿਲਮ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੂਬ ਧਮਾਲ ਕਰ ਸਕਦੀ ਹੈ, ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਮੈਨੂੰ ਦਿਓ ਇਜਾਜ਼ਤ, ਕੈਮਰਾ ਪਰਸਨ ਦਰਸ਼ੀ ਦੇ ਨਾਲ ਸੁਮਨ ਕੁਆਤਰਾ, ਡੇਲੀ ਪੋਸਟ, ਪੰਜਾਬੀ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।